ਪਾਕਿਸਤਾਨ ਇੱਕ ਪੁਰਾਣੀ ਜਗ੍ਹਾ ਐਸੀ ਇਤਿਹਾਸਿਕ ਜਗ੍ਹਾ 'ਤੇ ਲੈ ਕੇ ਆਇਆ ਵਾਂ ਕਿ ਜਿਹਦੇ ਮੁਤਲਕ ਨਾ ਤਾਂ ਕੋਈ ਸਿੱਖ ਵਿੱਕੀ ਵੱਲੋਂ ਵੀ ਮੈਨੂੰ ਕੋਈ ਜਿਹੜੀ ਹੈ ਇਹਦੀ ਜਾਣਕਾਰੀ ਨਹੀਂ ਮਿਲ ਰਹੀ ਔਰ ਮੈਂ ਕਨਈਆ ਲਾਲ ਦੀ ਹਿਸਟਰੀ ਆਫ ਪੰਜਾਬ ਦੇਖੀ ਆ ਉਹਦੇ ਵਿੱਚ ਵੀ ਮੈਨੂੰ ਕੋਈ ਨਹੀਂ ਖਾਸ ਨਹੀਂ ਮਿਲ ਰਿਹਾ ਅਤੇ ਐਵੀਡੈਂਸ ਨਹੀਂ ਮਿਲ ਰਹੇ ਨੇ ਔਰ ਉਸ ਤੋਂ ਬਾਅਦ ਫਿਰ ਜਿਹੜਾ ਅੰਮ੍ਰਿਤਸਰ ਦੀ ਹਿਸਟਰੀ ਹੈ ਉਹਨੂੰ ਵੀ ਥੋੜ੍ਹਾ ਨਾ ਮੈਂ ਚੁੱਕ ਕੇ ਦੇਖਿਆ ਉਹਦੇ ਵਿੱਚ ਵੀ ਇਸ ਜਗ੍ਹਾ ਦਾ ਕੋਈ ਜ਼ਿਕਰ ਨਹੀਂ ਆਉਂਦਾ ਕਿਉਂਕਿ ਏਰੀਆ ਜਿਹੜਾ ਸੀ ਲਾਹੌਰ ਔਰ ਅੰਮ੍ਰਿਤਸਰ ਦੇ ਦਰਮਿਆਨ ਦੇ 'ਚ ਏਰੀਆ ਲੱਗਦਾ ਸੀ ਬਿਲਕੁਲ ਵਾਹਗਾ ਬਾਰਡਰ ਦੇ ਨਜ਼ਦੀਕ ਹਾਂ ਇਸ ਵੇਲੇ ਮੈਂ ਬਾਉਂਡਰੀ ਇੱਥੋਂ ਟੋਟਲ ਮੇਰੇ ਤੋਂ 8 ਤੋਂ 10 ਕਿਲੋਮੀਟਰ ਜਿਹੜੀ ਹੈ ਇੰਡੀਆ ਦੀ ਬਾਉਂਡਰੀ ਹੈ ਈਸਟ ਪੰਜਾਬ ਦੀ ਯਾਨੀ ਕਿ ਜਗ੍ਹਾ ਹੈ ਜੀ ਇਹ ਪਿੰਡ ਹੈ ਪਿੱਛੇ ਛਾਪੇ ਵਿਲੇਜ ਹੈ ਔਰ ਛਾਪੇ ਵਿਲੇਜ ਜਿਹੜਾ ਹੈ ਇਹ ਈਸਟ ਲਾਹੌਰ ਦੇ 'ਚ ਪੈਂਦਾ ਈਸਟ ਲਾਹੌਰ ਵਿੱਚ ਪੈਂਦਾ ਔਰ ਇਹਦੇ ਨਾਲ ਹੈ ਗੁਰਦੁਆਰਾ ਕਾਨਾ ਮੱਠ ਗੁਰਦੁਆਰਾ ਸ਼੍ਰੀ ਕਾਨਾ ਮੱਠ ਹੈ ਔਰ ਇਸ ਵੇਲੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਪਾਣੀ ਦਾ ਤਲਾਬ ਨਜ਼ਰ ਆ ਰਿਹਾ ਐਰੀਗੇਸ਼ਨ ਵਾਸਤੇ ਯੂਜ਼ ਕੀਤਾ ਜਾ ਰਿਹਾ ਖੇਤਾਂ ਦੀ ਔਰ ਇਹ ਪਾਣੀ ਜਿਹੜਾ ਸੀ ਇਹ ਰਾਜਬਾਹ ਜਿਹੜੀ ਹੈ BRB ਨਹਿਰ ਹੈ ਉਹਦੀ ਸਭ ਲੈਟ ਜਿਹੜੀ ਨਹਿਰ ਹੈ ਉਹ ਨਿਕਲਦੀ ਹੈ ਉਹਦੇ ਵਿੱਚੋਂ ਇਹ ਪਾਣੀ ਜਿਹੜਾ ਉਹ ਆ ਰਿਹਾ ਹੈ ਇਹ ਪਾਣੀ ਨਿਕਲ ਰਿਹਾ ਕੁਛ ਬਾਰਿਸ਼ ਦਾ ਆ ਰਿਹਾ ਔਰ ਕੁਛ ਜਿਹੜਾ ਨਹਿਰ ਦਾ ਪਾਣੀ ਆ ਰਿਹਾ ਔਰ ਇਸ ਦਰਿਆ ਨੂੰ ਇਹ ਤਲਾਬ ਨੂੰ ਪਹਿਲੇ ਵੀ ਪ੍ਰੀ ਪਾਰਟੀਸ਼ਨ ਵੀ ਇਸੇ ਨਹਿਰ ਤੋਂ ਫਿਲ ਕੀਤਾ ਜਾਂਦਾ ਸੀ ਅਤੇ ਔਰ ਹੁਣ ਵੀ ਜਿਹੜਾ ਇਸੇ ਦੇ ਨਾਲ ਹੀ ਫਿਲ ਕੀਤਾ ਜਾਂਦਾ ਇਹ ਤੁਸੀਂ ਦੇਖੋ ਇਹ ਸਰੋਵਰ ਦੀਆਂ 7 ਸੀੜੀਆਂ ਤਾਂ ਮੈਂ ਆਲਰੇਡੀ ਖੁਦ ਦੇਖ ਚੁੱਕਿਆ ਹਾਂ ਕੁਝ ਲੋਕ ਕਹਿੰਦੇ ਨੇ ਮੈਨੂੰ ਅਜੀਬ ਉਹ ਗਰੀਬ ਕਿਸਮ ਦੇ ਕੁਸਚਨ ਹੁੰਦੇ ਨੇ ਉਹ ਸਵਾਲ ਹੁੰਦੇ ਨੇ ਲੋਕਾਂ ਦੇ ਮੈਂ ਕਦੀ ਕਦੀ ਪਰੇਸ਼ਾਨ ਹੋ ਜਾਂਦਾ ਵਾਂ ਕਿ ਕੁਝ ਲੋਕਾਂ ਨੂੰ ਈਸਟ ਔਰ ਵੈਸਟ ਪੰਜਾਬ ਦੀ ਰਹਿਤ ਦਹਿਤ ਜਿਹੜੀ ਹੈ ਉਹ ਥੋੜ੍ਹੀ ਜਿੰਨੀ ਡਿਫਰੈਂਟ ਸੀ ਅੱਜ ਵੀ ਉਹ ਚੀਜ਼ਾਂ ਇੱਥੇ ਜਿਹੜੀਆਂ ਨੇ ਵਾਜ਼ੇ ਤੌਰ 'ਤੇ ਨਜ਼ਰ ਆਉਂਦੀਆਂ ਨੇ ਇਹ ਛੋਟੀ ਜਿਹੀ ਤੁਸੀਂ ਤੁਹਾਨੂੰ 4 ਦੀਵਾਰੀ ਨਜ਼ਰ ਆ ਰਹੀ ਹੈ ਇਸ ਜਗ੍ਹਾ ਦੇ ਉੱਤੇ ਫੀਮੇਲ ਬਾਥ ਯਾਨੀ ਕਿ ਔਰਤਾਂ ਵਾਸਤੇ ਇਸਨਾਨ ਵਾਸਤੇ ਇਹ ਜਗ੍ਹਾ ਇਸਤੇਮਾਲ ਕੀਤੀ ਜਾਂਦੀ ਸੀ ਔਰ ਬਕਾਇਦਾ ਤੌਰ 'ਤੇ ਇਹਦਾ ਪਰਦਾ ਸੀ ਔਰ ਇਹਦੀਆਂ ਦੀਵਾਰਾਂ ਉੱਚੀਆਂ ਸਨ ਇਹਦੇ ਵਿੱਚ ਸੀੜੀਆਂ ਉਤਰਦੀਆਂ ਨੇ ਸੇਮ ਟਾਈਮ ਦੇ ਵਿੱਚ 5 ਤੋਂ 6 ਔਰਤਾਂ ਸਿਰਫ ਨਹਾ ਸਕਦੀਆਂ ਨੇ ਕਿਉਂਕਿ ਪਿੰਡ ਤੋਂ ਬਾਹਰ ਹੋਣ ਦੀ ਵਜ੍ਹਾ ਨਾਲ ਇਸ ਜਗ੍ਹਾ ਦੇ ਉੱਤੇ ਜਿਹੜਾ ਸੀ ਉਹ ਘੱਟ ਰਸ਼ ਹੁੰਦਾ ਸੀ ਔਰ ਇਹ ਦੇਖੋ ਤੁਸੀਂ ਇਹ ਸਰੋਵਰ ਦੀ ਜਿਹੜੀ ਬਾਉਂਡਰੀ ਅੱਛੀ ਖਾਸੀ ਹੈ 100x100 ਦਾ ਹੈ ਤਕਰੀਬਨ ਇਹਦੀ ਮੇਰਿੰਗ ਉਸ ਦਿਨ ਮੈਂ ਕੀਤੀ ਸੀ 100x100 ਦਾ ਜਿਹੜਾ ਇਹ ਤਲਾਬ ਹੈ ਔਰ ਉਸ ਤੋਂ ਬਾਅਦ ਇਹਦਾ ਖੂਹ ਵੀ ਹੈ ਇਹ ਖੂਹ ਜਿਹੜਾ ਇਸ ਵੇਲੇ ਹੈ ਗੁਰਦੁਆਰਾ ਸਾਹਿਬ ਦਾ ਹੈ ਗੁਰਦੁਆਰਾ ਸਾਹਿਬ ਦਾ ਜਿਹੜਾ ਖੂਹ ਹੈ ਇਹਦੇ ਅੰਦਰ 2 ਕਿਸਮ ਦੀ ਇੱਟ ਲੱਗੀ ਹੋਈ ਹੈ ਲੱਗ ਰਿਹਾ ਖੂਹ ਜਿਹੜਾ ਉਸ ਤੋਂ ਵੀ ਪੁਰਾਣਾ ਕਿਉਂਕਿ ਉਤਲੀ ਜਿਹੜੀ ਚੁਣਾਈ ਹੈ ਉਹ ਨਜ਼ਰ ਆਉਂਦੀ ਹੈ ਨਾਨਕ ਸ਼ਾਹੀ ਇੱਟ ਦੇ ਨਾਲ ਔਰ ਜਿਹੜੀ ਥੱਲੇ ਇੱਟ ਨਜ਼ਰ ਆ ਰਹੀ ਹੈ ਉਹ ਟੋਟਲੀ ਮੁਗਲਈ ਇੱਟ ਲੱਗੀ ਹੈ ਅੱਗੇ ਹੋ ਸਰ ਇਹ ਜਗ੍ਹਾ ਜਿਹੜੀ ਹੈ ਇਹਨੂੰ ਸਰਾਊਂਡਿੰਗ ਦੇ ਲੋਕ ਜਾਂ ਸਾਰੇ ਜਿਹੜੇ ਲੋਕ ਨੇ ਇੱਥੇ ਦੇ ਉਹ ਗੁਰਦੁਆਰਾ ਸਾਹਿਬ ਕਹਿੰਦੇ ਨੇ ਗੁਰਦੁਆਰਾ ਸ਼੍ਰੀ ਕਾਹਨਾ ਮੱਠ ਕਾਹਨਾ ਮੱਠ ਦੇ ਮੁਤਲਕ ਜਿਹੜਾ ਮੈਂ ਕਾਫੀ ਲੋਕਾਂ ਕੋਲੋਂ ਉੱਥੋਂ ਪੁੱਛਪਾਲ ਕੀਤੀ ਹੈ ਪੁਰਾਣੇ ਬਜ਼ੁਰਗਾਂ ਕੋਲ ਜਿਹੜੇ ਪ੍ਰੀ ਪਾਰਟੀਸ਼ਨ ਜਿਨ੍ਹਾਂ ਦੀ ਬਰਥ ਹੈ ਉਹ ਸਾਰੇ ਕਹਿ ਰਹੇ ਹੈ ਕਿ ਐਜ਼ ਏ ਗੁਰਦੁਆਰਾ ਯੂਜ਼ ਹੁੰਦਾ ਸੀ ਔਰ ਸਾਰੇ ਸਿੱਖ ਸੰਗਤਾਂ ਜਿਹੜੀਆਂ ਸਨ ਇੱਥੇ ਇਕੱਠੀਆਂ ਹੁੰਦੀਆਂ ਸਨ ਈਸਟ ਲਾਹੌਰ ਦੇ ਵਿੱਚ ਕਾਫੀ ਰੱਖ ਰਖਾਓ ਔਰ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਸਨ ਜਿਹੜੀਆਂ ਕਿ ਸਿੱਖ ਹਿਸਟਰੀ ਨਾਲ ਬਿਲੋਂਗ ਕਰਦੀਆਂ ਨੇ ਸਿੱਖ ਪੀਰੀਅਡ ਨਾਲ ਬਿਲੋਂਗ ਕਰਦੀਆਂ ਨੇ ਇਹ ਤੁਹਾਨੂੰ ਮੈਂ ਦਿਖਾਇਆ ਸੀ ਇਹ ਸਰੋਵਰ ਹੈ ਇਸ ਦੇਖੋ ਇਹ ਸਰੋਵਰ ਹੈ ਔਰ ਸਰੋਵਰ ਅੱਜ ਵੀ ਉਸੇ ਤਰ੍ਹਾਂ ਹੀ ਹੈ ਬਸ ਇਹਦੀ ਥੋੜ੍ਹੀ ਜਿਹੀ ਸਫਾਈ ਹੋਣ ਵਾਲੀ ਹੈ ਸਰੋਵਰ ਦੀ ਔਰ ਇਹਦੇ ਅੰਦਰ BRB ਨਹਿਰ ਦਾ ਪਾਣੀ ਜਿਹੜਾ ਉਹ ਭਰਿਆ ਜਾਂਦਾ ਅੱਜ ਕੱਲ੍ਹ ਇਹ ਪਰਸਨਲ ਪ੍ਰਾਈਵੇਟ ਪ੍ਰੋਪਰਟੀ ਹੈ ਕਿਸੇ ਦੀ ਔਰ ਇੰਟਰਸ ਹੈ ਔਰ ਅੰਦਰ ਜਿਹੜਾ ਪ੍ਰਕਾਸ਼ ਅਸਥਾਨ ਹੈ ਮੈਂ ਆਲਰੇਡੀ ਕਿਹਾ ਹੈ ਕਿ ਜਿਹੜੇ ਛੋਟੇ ਗੁਰਦੁਆਰੇ ਨੇ ਚਲੋ ਜੀ ਮੈਂ ਵਰਡ ਜਿਹੜਾ ਸਤਿਗੁਰਾ ਉਹ ਮੈਂ ਯੂਜ਼ ਨਹੀਂ ਕਰਦਾ ਔਰ ਨਾ ਹੀ ਗੁਰਦੁਆਰੀ ਦਾ ਲਫਜ਼ ਯੂਜ਼ ਕਰਨਾ ਵਾਂ ਔਰ ਇਹ ਛੋਟਾ ਗੁਰਦੁਆਰਾ ਜਿਹੜਾ ਉਹ ਸ਼੍ਰੀ ਕਾਹਨਾ ਮੱਠ ਹੈ ਔਰ ਇਹਦੇ ਨਾਲ ਇਹ ਸਰਾਊਂਡਿੰਗ ਵਾਲੀ ਏਰੀਆ ਉਹਦੀ ਵੀ ਮੈਂ ਤੁਹਾਨੂੰ ਦੱਸਣਾ ਵਾਂ ਔਰ ਕਿਸ ਬੇਸ ਦੇ ਉੱਤੇ ਇਹਦੇ ਜਿਹੜੇ ਲੰਗਰ ਹਾਲ ਸੀ ਔਰ ਛੋਟੇ ਜਿਹੇ 1-2 ਕਮਰੇ ਯਾਤਰੀ ਨਿਵਾਸ ਵੀ ਸਨ
ਕਨਸੈਪਟ ਉਹ ਹੀ ਹੈ ਜਿਹੜਾ ਕਿ ਗੁਰਦੁਆਰਾ ਸਾਹਿਬ ਦਾ ਹੁੰਦਾ ਹੈ। ਇਹ ਚਾਰੋਂ ਪਾਸੇ ਤੁਸੀਂ ਦੇਖੋ ਕਿ ਚਾਰ ਬਾਗੀਆਂ ਦੀਆਂ ਮੌਜੂਦ ਨੇ। ਠੀਕ ਹੈ ਜੀ, ਇਹ ਇੱਕ, ਦੋ, ਤਿੰਨ ਔਰ ਇਹ ਚਾਰ, ਔਰ ਇਹਦੀ ਅੱਠ ਜਗ੍ਹਾ ਦੇ ਉੱਤੇ ਇਹ ਦੇਖੋ ਤੁਸੀਂ ਦੀਵੇ ਜਲਾਉਣ ਵਾਸਤੇ, ਕਿਉਂਕਿ ਇੱਥੇ ਬਿਜਲੀ ਮੌਜੂਦ ਨਹੀਂ ਸੀ, ਇਹ ਪਾਕਿਸਤਾਨ ਬਣਨ ਤੋਂ ਕਾਫੀ ਦੇਰ ਬਾਅਦ ਇਸ ਇਲਾਕੇ 'ਚ ਬਿਜਲੀ ਆਈ ਹੈ। ਚੁਣਾਈ ਜਿਹੜੀ ਹੈ ਸਿੱਖ ਆਰਕੀਟੈਕਚਰ ਕਿੱਥੋਂ ਪਤਾ ਚੱਲਦਾ, ਕਿਉਂਕਿ ਮੁਗਲ ਦੌਰ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਉਹਨਾਂ ਦੇ ਵਿੱਚ ਛੋਟੀ ਜਿਹੜੀ ਇੱਟ ਹੈ ਜਿਹਨੂੰ ਮੁਗਲਾਈ ਇੱਟ ਕਿਹਾ ਜਾਂਦਾ ਉਹ ਯੂਜ਼ ਹੋਈ ਸੀ। ਹੁਣ ਇਹ ਦੇਖੋ ਐਟ, ਦੇਖੋ ਤੁਸੀਂ ਸਾਈਜ਼ ਦੇਖੋ ਇਹਦਾ, ਇਹ ਨਾਨਕ ਸ਼ਾਹੀ ਇੱਟ ਹੈ ਜਾਂ ਨਾਨਕੀ ਇੱਟ ਕਿਹਾ ਜਾਂਦਾ ਇਹਨੂੰ, ਮੀਨ ਕਿ ਪੰਜਾਬੀ ਇੱਟ ਹੈ। ਇਹਦਾ ਸਾਈਜ਼ ਜਿਹੜਾ ਮੁਗਲਈ ਜਿਹੜੀਆਂ ਨੇ 6 ਇੱਟਾਂ ਰੱਖੋ ਅਤੇ ਫਿਰ ਇੱਕ ਜਾ ਕੇ ਇੱਟ ਬਣਦੀ, ਬਲਕਿ ਉਸ ਤੋਂ ਵੀ ਜ਼ਿਆਦਾ ਹੈ। ਇਹ ਜਗ੍ਹਾ ਮੈਂ ਆਪਣੀ ਜਗ੍ਹਾ ਖੁਦ ਇੱਥੇ ਬੁਨਿਆਦਾਂ ਦੇਖੀਆਂ ਨੇ, ਇੱਥੇ ਵੱਡੇ ਵੱਡੇ ਕਮਰੇ ਸਨ, ਹਾਲ ਸਨ, ਇਹ ਦੇਖ ਲਓ ਉਹਨਾਂ ਦੀਆਂ ਇੱਟਾਂ ਦੇ ਨਾਲ ਇੱਥੇ ਹਲੇ ਵੀ ਉਹਨਾਂ ਨੂੰ ਉਹ ਯੂਜ਼ ਕੀਤਾ ਗਿਆ, ਚਪੜੀ ਜਿਹੜੀ ਟਾਇਲ ਹੈ ਉਹਨੂੰ। ਇਹ ਇਹ ਦੇਖੋ ਉੱਥੇ ਇਹ ਦੀਵਾਰਾਂ ਨੇ ਜਿਹੜੀਆਂ ਉਹਨਾਂ ਦੇ ਨਿਸ਼ਾਨ ਨੇ ਕਮਰਿਆਂ ਦੇ, ਹਲੇ ਦਾ ਕਹਿਣਾ ਆ ਮੌਜੂਦ ਹੈ। ਕਸ਼ਬੇ ਦਾ ਦਿਖਾਓ, ਇਹ ਇੱਟ ਦਾ ਤੀਸਰਾ ਹਿੱਸਾ ਹੈ, ਔਰ ਉਹ ਥੱਲੇ ਦੇਖੋ ਤੁਸੀਂ ਬੁਨਿਆਦਾਂ ਕਮਰਿਆਂ ਦੀਆਂ ਇਸ ਜਗ੍ਹਾ ਦੇ ਉੱਤੇ, ਉਹ ਸਾਹਮਣੇ ਵੀ ਨਜ਼ਰ ਆ ਰਹੀ ਹੈ, ਇਹ ਬੁਨਿਆਦ ਹੈ। ਠੀਕ ਹੈ ਜੀ, ਇਸ ਜਗ੍ਹਾ ਦੇ ਉੱਤੇ ਲੰਗਰ ਹਾਲ ਸੀ, ਔਰ ਕੁਝ ਲੋਕ ਇੱਥੇ ਇਹ ਵੀ ਦੱਸਦੇ ਨੇ ਕਿ ਇੱਥੇ ਵਿਸਾਖੀ ਦਾ ਬਕਾਇਦਾ ਤੌਰ 'ਤੇ ਮੇਲਾ ਜੁੜਦਾ ਸੀ। ਜੀ ਹਾਂ, ਇੱਥੇ ਵਿਸਾਖੀ ਦਾ ਮੇਲਾ ਜੁੜਦਾ ਸੀ ਔਰ ਇੱਥੇ ਬੜੀ ਰੌਣਕ ਹੁੰਦੀ ਸੀ। ਟੋਟਲ ਸ਼ੇਪ ਜਿਹੜੀ ਹੈ ਪ੍ਰਕਾਸ਼ ਸਥਾਨ ਦੀ ਇਸ ਤਰ੍ਹਾਂ, ਬਿਲਕੁਲ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਮੁਗਲ ਟੋਮਸ ਹੁੰਦੇ ਨੇ। ਲੇਕਿਨ ਇਸ ਜਗ੍ਹਾ ਦੇ ਉੱਤੇ ਹਿਸਟਰੀ ਦੇ ਵਿੱਚ ਕਿਸੇ ਮੁਗਲ ਸ਼ਹਿਜ਼ਾਦੇ ਜਾਂ ਕੋਈ ਵੱਡੀ ਜਿਹੜੀ ਹਸਤੀ ਹੈ, ਕੋਈ ਵੀ ਉਹਨਾਂ ਦੇ ਮੁਤਲਕ ਜਿਹੜਾ ਉਹ ਕੁਛ ਵੀ ਨਿਸ਼ਾਨਾਤ ਨਹੀਂ ਮਿਲਦੇ ਨੇ, ਜਿਹੜੇ ਕਿ ਅਸੀਂ ਇਹ ਕਹਿ ਸਕੀਏ ਕਿ ਵੀ ਇਹ ਕਿਸੇ ਮੁਗਲ ਸ਼ਹਿਜ਼ਾਦੇ ਦਾ ਜਾਂ ਮੁਗਲ ਕਿਸੇ ਸਲਤਨਤ ਪੀਰੀਅਡ ਦਾ ਕਿਸੇ ਵੀ ਉਹ ਜਗ੍ਹਾ ਦੇ ਉੱਤੇ ਇਹਨੂੰ ਅਸੀਂ ਉਹ ਰਿਕਗਨਾਈਜ਼ ਨਹੀਂ ਕਰ ਸਕਦੇ। ਲੇਕਿਨ ਸਰੋਵਰ ਜਿਹੜਾ, ਕਦੀ ਵੀ ਸਰੋਵਰ ਜਿਹੜਾ ਉਹ ਕਿਸੇ ਵੀ ਮੁਸਲਿਮ ਟੋਮ ਦੇ ਨਾਲ ਨਹੀਂ ਬਣਿਆ। ਸਰੋਵਰ ਹਮੇਸ਼ਾ ਜਿਹੜਾ ਉਹ ਗੁਰਦੁਆਰੇ ਦੇ ਨਾਲ ਹੁੰਦਾ, ਔਰ ਜਾਂ ਫਿਰ ਜਿਹੜਾ ਕੋਈ ਮਜ਼ਹਬੀ ਕੋਈ ਜਗ੍ਹਾ ਹੋਵੇ ਉਹਦੇ ਵਾਸਤੇ ਵੀ। ਇਹ ਮੇਨ ਐਂਟਰੈਂਸ ਸੀ ਇਸ ਜਗ੍ਹਾ ਤੋਂ, ਔਰ ਬਾਕੀ ਚਾਰੋਂ ਪਾਸੇ ਜਿਸ ਤਰ੍ਹਾਂ ਸਰੋਵਰ ਦੀਆਂ ਸੀੜੀਆਂ ਆਉਂਦੀਆਂ ਨੇ, ਮੈਂ ਇਹਦੀਆਂ 7-7 ਸੀੜੀਆਂ ਖੁਦ ਉੱਤਰ ਕੇ ਉਹਦੇ 'ਤੇ ਮੈਂ ਪਿਕਚਰਸ ਬਣਾ ਚੁੱਕਿਆ ਵਾਂ। ਔਰ ਮੇਰੇ ਅੱਜ ਦੇ ਸਫ਼ਰ ਦੇ ਵਿੱਚ ਮੇਰੇ ਨਾਲ ਵੀਰ ਸ਼ੇਬ ਰਜ਼ਾ ਔਰ ਕਾਸ਼ਿਫ ਕੁਰਕੀ, ਸ਼ਾਲੀਮਾਰ ਬਾਗ, ਦੋਨੋਂ ਸਾਹਿਬ ਮੇਰੇ ਨਾਲ ਨੇ ਇਸ ਵਕਤ। ਔਰ ਅਸੀਂ ਅੱਜ ਜਿਹੜੀ ਮੈਂ ਗੱਲ ਗਰੁੱਪ ਦੇ ਵਿੱਚ ਸ਼ੇਅਰ ਕੀਤੀ ਸੀ ਪਿਆਰਾ ਨਨਕਾਣਾ ਸਾਹਿਬ ਦੇ ਵਿੱਚ, ਕਿ ਮੈਂ ਉਹ ਕੋਈ ਨਾ ਕੋਈ ਅਸੀਂ ਨਵਾਂ ਖੜਾਕ ਕਰਨ ਲਈ ਜਾ ਰਹੇ ਹਾਂ, ਅਤੇ ਉਹ ਸਾਡਾ ਖੜਾਕ ਜਿਹੜਾ ਸੀ ਉਹ ਸ਼ੁਰੂ ਹੋ ਰਿਹਾ ਇਹ ਡਿਸਕਵਰੀਜ਼ ਤੋਂ। ਮੇਰੀ ਵੀਡੀਓਜ਼ ਨਹੀਂ ਸਨ, ਪਿਕਚਰਸ ਵਗੈਰਾ ਮੈਂ ਸ਼ੂਟ ਕਰ ਚੁੱਕਿਆ ਸੀ ਇਸ ਪਲੇਸ ਦੀਆਂ, ਲੇਕਿਨ ਹੁਣ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਕਿ ਪ੍ਰੋਪਰ ਜਿਹੜਾ ਵੀਡੀਓ ਸੋਰਸਿਸ ਦੇ ਨਾਲ, ਕਿ ਫੈਸਲਾ ਉਹ ਲੋਕ ਜਿਨ੍ਹਾਂ ਦਾ ਇਹ ਧਰਮ ਹੈ ਜਾਂ ਜਿਹੜੇ ਲੋਕ ਇਸ ਮਜ਼ਹਬ ਨਾਲ ਤਲਕ ਰੱਖਦੇ ਨੇ ਉਹ ਦੱਸਣਗੇ ਕਿ ਵਾਕਈ ਆਇਆ ਕਿ ਮੈਂ ਕਿਸੇ ਹੱਦ ਤੱਕ ਠੀਕ ਹਾਂ ਜਾਂ ਗਲਤ ਹਾਂ। ਰਿਸਰਚਰ ਹਮੇਸ਼ਾ ਰਿਸਰਚ ਕਰਦਾ, ਲੇਕਿਨ ਉਹ ਜ਼ਰੂਰੀ ਨਹੀਂ ਹੈ ਕਿ ਉਹ ਹਤਮੀ ਹੋਵੇ, ਔਰ ਜ਼ਰੂਰੀ ਨਹੀਂ ਕਿ ਉਹ ਫਾਈਨਲ ਵੀ ਹੋਵੇ। ਬਰਕੈਫ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ ਪੇਜ, ਇਹ ਹੈ ਮੇਰਾ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਦੀ ਹੈਰੀਟੇਜ ਆਫ ਪਾਕਿਸਤਾਨ, ਤਮਾਮ ਪੇਜਿਸ ਦੇ ਨਾਲ ਖੋਰੇ ਸੱਚ 47 ਦੇ ਲੈ ਕੇ ਮੈਂ ਇੱਕ ਵਾਰੀ ਫਿਰ ਹਾਜ਼ਰ ਹੋਇਆ ਵਾਂ, ਫਿਰ ਕਿਸੇ ਜਗ੍ਹਾ ਦੇ ਨਾਲ, ਫਿਰ ਕਿਸੇ ਅਸਥਾਨ ਦੇ ਨਾਲ ਮੈਂ ਤੁਹਾਨੂੰ ਦੁਬਾਰਾ ਲੈ ਕੇ ਪਹੁੰਚਾਂਗਾ ਉੱਥੇ। ਗੁਰਦੁਆਰੇ ਦੀ ਹਾਲਤ ਜਿਹੜੀ ਹੈ ਇਸ ਵੇਲੇ ਉਹ ਬਹੁਤ ਮਾੜੀ ਹੈ, ਔਰ ਸਟਰਕਚਰ ਜਿਹੜਾ ਬਿਲਕੁਲ ਡਿੱਗਣ ਵਾਲਾ ਹੈ, ਔਰ ਆਪਣੀ ਤਰਜ਼ ਦਾ ਇਹ ਡਿਫਰੈਂਟ ਕਿਸਮ ਦੇ ਗੁਰਦੁਆਰਾ ਹੈ, ਬਿਲਕੁਲ ਛੋਟਾ ਗੁਰਦੁਆਰਾ ਹੈ, ਲੇਕਿਨ ਇਹਦੇ ਨਾਲ ਜਿਹੜੇ ਵੱਡੇ ਕਮਰੇ ਸਨ ਉਹ ਮੈਂ ਪਹਿਲੇ ਦੱਸ ਚੁੱਕਿਆ ਵਾਂ ਕਿ ਉਹ ਡਿੱਗ ਚੁੱਕੇ ਨੇ। ਲੇਕਿਨ ਇੱਥੇ ਜਿਹੜੇ ਪਿੰਡ ਦੇ ਲੋਕ ਨੇ ਜਾਂ ਜਿਹੜੇ ਇੱਥੇ ਰਹਿਣ ਵਾਲੇ ਨੇ ਉਹਨਾਂ ਨੇ ਪ੍ਰੋਪਰ ਦੱਸਿਆ ਕਿ ਸਾਡੇ ਬਜ਼ੁਰਗ ਦੱਸਦੇ ਸਨ
ਕਿ ਇਹ ਗੁਰਦੁਆਰਾ ਹੈ ਔਰ ਇੱਥੇ ਜਿਹੜੀ ਵਿਸਾਖੀ ਵੀ ਜੁੜਦੀ ਸੀ ਔਰ ਇੱਥੇ ਲੋਕ ਜਿਹੜੇ ਨੇ ਹੁੰਮ ਹੁਮਾ ਕੇ ਆਉਂਦੇ ਸਨ ਜਦੋਂ ਵਿਸਾਖੀ ਹੁੰਦੀ ਸੀ ਔਰ ਉਸ ਤੋਂ ਬਾਅਦ ਜਿਹੜਾ ਇੱਥੇ ਬਾਕਾਇਦਾ ਤੌਰ 'ਤੇ ਸਿੱਖ ਰਸੂਮਾਂ ਜਿਹੜੀਆਂ ਸਨ ਉਹ ਕੀਤੀਆਂ ਜਾਂਦੀਆਂ ਸਨ। ਗੁਰਦੁਆਰਾ ਸ੍ਰੀ ਕਾਨਾ ਮੱਠ ਔਰ ਇਹ ਉਹ ਜਗ੍ਹਾ ਹੈ ਕਿ ਜਿੱਥੋਂ ਛੇਵੀਂ ਪਾਤਸ਼ਾਹੀ ਬਾਰ ਬਾਰ ਗੁਜ਼ਰੇ ਨੇ। ਹੋ ਸਕਦਾ ਹੈ ਕਿਤਾਬਾਂ ਵਿੱਚ ਮੈਂ ਇਹਨਾਂ ਦਾ ਜ਼ਿਕਰ ਨਹੀਂ ਪੜ੍ਹਿਆ ਕਿਉਂਕਿ ਬਹੁਤ ਜ਼ਿਆਦਾ ਸਾਰੇ ਸਥਾਨ ਐਸੇ ਨੇ ਜਾਂ ਜਗ੍ਹਾ ਐਸੀਆਂ ਨੇ ਕਿ ਜਿੱਥੇ ਤੁਸੀਂ ਬਹੁਤ ਮੁਸ਼ਕਿਲ ਹੈ ਇਸ ਗੱਲ ਨੂੰ ਕਹਿਣਾ ਕਿ ਇੱਥੇ ਕੋਈ ਗੁਰੂ ਸਾਹਿਬ ਤਸ਼ਰੀਫ਼ ਨਹੀਂ ਲਿਆਏ ਜਾਂ ਲਿਆਏ ਸਨ। ਅਗਰ ਲਿਆਏ ਸਨ ਤਾਂ ਉਹ ਕੌਣ ਸਨ, ਕਿਹੜੀ ਪਾਤਸ਼ਾਹੀ ਆਈ ਸੀ ਇੱਥੇ? ਇਸ ਵਾਸਤੇ ਮੈਂ ਕਿਸੇ ਨਾਲ ਜੋੜਦਾ ਨਹੀਂ, ਲੇਕਿਨ ਇਹਨੂੰ ਗੁਰਦੁਆਰਾ ਸ੍ਰੀ ਕਾਨਾ ਮੱਠ ਕਿਹਾ ਜਾਂਦਾ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਫਿਰ ਮਿਲਾਂਗਾ ਕਿਸੇ ਹੋਰ ਅਸਥਾਨ ਦੇ ਨਾਲ, ਕਿਸੇ ਹੋਰ ਨਈ ਜਿਹੜੀ ਹੈ ਡਿਸਕਵਰੀ ਉਹਦੇ ਨਾਲ, ਅਤੇ ਫਿਰ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਖੋਰੇ ਸੱਚ 47 ਦੇ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਔਰ ਪੰਜਾਬ ਪੇਜ, ਅਤੇ ਗਰੁੱਪ ਜੁਆਇਨ ਕਰੋ ਪਿਆਰਾ ਨਨਕਾਣਾ ਸਾਹਿਬ, ਅਤੇ ਵੇਖਦੇ ਰਹੋ ਸੋਹਣੀਆਂ ਸੋਹਣੀਆਂ ਰਿਸਰਚਾਂ। ਇੱਥੇ ਆ ਕੇ ਅੱਜ ਵੀ ਮੈਨੂੰ ਬਹੁਤ ਸਕੂਨ ਮਿਲਦਾ, ਮੈਂ ਜਿੰਨੀ ਵਾਰੀ ਵੀ ਆਇਆ ਵਾਂ ਮੇਰਾ ਦਿਲ ਇੱਥੇ ਜਾਣ ਨੂੰ ਨਹੀਂ ਕਰਦਾ। ਡੇਰਾ ਬਣਾਇਆ ਹੋਇਆ, ਉਹ ਪੰਜਾਬੀ ਮੰਜਾ ਵੀ ਡੱਠਿਆ ਹੋਇਆ, ਰੈਸਟ ਕਰਨ ਦੀ ਪੂਰੀ ਜਗ੍ਹਾ, ਲੇਕਿਨ ਸਫ਼ਰ ਜ਼ਿਆਦਾ, ਕੰਮ ਜ਼ਿਆਦਾ, ਇਸ ਲਈ ਮੈਂ ਤੁਹਾਨੂੰ ਕਿਸੇ ਹੋਰ ਜਗ੍ਹਾ 'ਤੇ ਲੈ ਕੇ ਚੱਲਣਾ ਵਾਂ। ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।